ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਨੂੰ ਸੰਸਾਰ ਦੇ ਅੰਦਰ ਪ੍ਰਚੰਡ ਕਰਨ ਵਾਸਤੇ ਜੋ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਸਿੱਖ ਪ੍ਰਚਾਰ ਲਹਿਰ ਆਰੰਭ ਕੀਤੀ ਜਾ ਰਹੀ ਹੈ, ਉਹਦੇ ਵਾਸਤੇ ਆਪ ਜੀ ਸਾਰਾ ਪੰਥ ਇਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਰਿਹਾ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਕਾਰਜਾਂ ਵਾਸਤੇ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਇਕੱਤਰ ਹੋਏ ਹਾਂ, ਸਾਰੀਆਂ ਸੰਗਤਾਂ ਦੀਵਾਨ ਹਾਲ ਦੇ ਅੰਦਰ ਪਹੁੰਚਣ ਦੀ ਕਿਰਪਾਲਤਾ ਕਰਨ। ਇਸ ਸਮਾਗਮ ਦੇ ਅੰਦਰ ਬਹੁਤ ਹੀ ਸਿੱਖ ਪੰਥ ਦੇ ਮਹਾਨ ਗੁਰੂ ਘਰ ਦੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਦੇ ਨਾਲ ਹੀ ਭਾਈ ਰਾਏ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਸਟੇਜ 'ਤੇ ਪਹੁੰਚ ਚੁੱਕੇ ਨੇ, ਭਾਈ ਪਿੰਦਰਪਾਲ ਸਿੰਘ ਜੀ ਜੋ ਪੰਥ ਪ੍ਰਸਿੱਧ ਗੁਰੂ ਘਰ ਦੇ ਕਥਾਵਾਚਕ ਨੇ, ਉਹ ਵੀ ਇੱਥੇ ਪਹੁੰਚ ਰਹੇ ਆ। ਨਾਲ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜੀ ਨੇ, ਉਹਨਾਂ ਵੀ ਆਪ ਜੀ ਦੇ ਦਰਸ਼ਨ ਕਰਨੇ ਆ। ਉਹਨਾਂ ਦੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ, ਉਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਇਸ ਸਿੱਖ ਪ੍ਰਚਾਰ ਦੀ ਲਹਿਰ ਨੂੰ ਤੋਰਨ ਵਾਸਤੇ ਇੱਥੇ ਪਹੁੰਚ ਰਹੇ ਆ। ਸੋ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਰਦਾਸ ਤੋਂ ਬਾਅਦ ਹੁਕਮਨਾਮਾ ਹੋ ਚੁੱਕਾ, ਗੁਰੂ ਘਰ ਦੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਭਾਈ ਗੁਰਦਿੱਤ ਸਿੰਘ ਜੀ ਆਪ ਜੀ ਨੂੰ ਇੱਕ ਸ਼ਬਦ ਦੀ ਸੇਵਾ ਦੇ ਨਾਲ ਜੋੜਨਗੇ। ਸੋ ਪ੍ਰੇਮ ਦੇ ਨਾਲ ਆਪ ਜੀ ਗੁਰੂ ਕੀ ਬਾਣੀ ਨੂੰ ਸੁਣਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਰੰਗ ਕਦੇ ਉਤਰ ਨਾ ਜਾਏ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੁਰਾ ਜਿਸ ਤੇ ਬੁਝਾਏ, ਜਿਸ ਤੇ ਬੁਝਾਏ ਹਰ ਰੰਗ ਰਾ ਸਾਚਾ, ਲਾਲ ਰੰਗ ਪੂਰਨ ਪੁਰਖ ਬਿਦਾਤਾ, ਸੰਤੈ ਸੰਗ ਬੈਸ ਗੁਣ ਗਾਏ, ਤਾਕ ਰੰਗ ਨਾ ਉਤਰੈ ਜਾਈ, ਡੰਡੌਤ ਬੰਦਨ ਅਨਕਬਾ, ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ ਆਨੰਦ ਗੁਣੀ ਨਿਦਾਨ, ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗਰੀਬ ਨਿਵਾਸ, ਗੁਰੂ ਗਰੀਬ,
ਮਹਿਲਾ ਕਦੇ ਨਾ ਹੋਵਈ ਨਹਿਲਾ ਕੇ ਤਾਗਾ लाल रंग किस काल का जिसके बड पागा लाल रंग किस काल का जिसके बड पागा ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਭੀਤਰੇ ਛੋਟੀਆਂ ਨਹਿ ਜਾਏ ਸਹਿਜ ਸਮਾਨਾ ਭੀਤਰੇ ਛੋਟੀਆ ਨਹਿ ਜਾਏ ਲਾਲ ਰੰਗ ਤਿਸ ਕੋਲ ਲਾ ਜਿਸ ਕੀ ਵੱਡ ਪਾਗਾ ਲਾਲ ਰੰਗ ਤਿਸ ਕੋਲ ਲਾ ਜਿਸ ਕੀ ਵੱਡ ਪਾਗਾ ਜਰਾ ਮਰਾ ਨਹਿ ਵਿਆਪਈ ਫਿਰ ਦੁੱਖ ਨਾ ਪਾਇਆ ਜਰਾ ਮਰਾ ਨਹਿ ਵਿਆਪਈ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰੀ ਅਮਰ ਕਟਾਇਆ ਪੀ ਅੰਮ੍ਰਿਤ ਆਗਾਨਿਆ ਗੁਰੀ ਅਮਰ ਕਰਾਇਆ ਲਾਲ ਰੰਗ ਕਿਸ ਕੋਲ ਲਗਾ ਜਿਸ ਕੀ ਵੱਡ ਪਾਗਾ ਲਾਲ ਰੰਗ ਤਿਸ ਕੋਲ ਲਾ ਜਿਸ ਕੀ ਵੱਡ ਪਾਗਾ ਮੈਲਾ ਕਦੇ ਨਾ ਹੋ
ਛੱਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੀ ਵਟ ਪਾਗਾ ਵੱਟ ਪਾਗਾ
लाल रंग तिस को लगा जिसकी बटपागा, लाल रंग तिस को लगा जिसकी बटपागा, लाल रंग तिस को लगा जिसकी बटपागा, जिसकी बटपागा, लाल रंग तिस को लगा जिसकी बटपागा, लाल रंग तिस को लगा जिसकी बटपागा, वाहेगुरु जी का खालसा, वाहेगुरु जी की फतेह।